ਟਾਪ 20 ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਵਾਦੀਆਂ ਪਹਿਲੀ ਕਰਵਲ। ਕੋਰੋਨਾ ਦੇ ਕੇਸਾਂ ਦੀ ਵਾਦੀ ਗਿਣਤੀ ਦੇ ਚੱਲਦੇ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਹੋਰ ਸਖਤ ਕਦਮ ਚੁੱਕਣ ਦੀ ਤਿਆਰੀ ਕਰ ਲਈ ਗਈ ਹੈ। ਜਿਸ ਵਿੱਚ ਸਮਾਜਿਕ ਜਨਤਕ ਤੇ ਪਰਿਵਾਰਕ ਇਕੱਠਾਂ ਬਾਰੇ ਬੰਦਸ਼ਾਂ ਸਮੇਤ ਕੰਮਕਾਜ ਦੌਰਾਨ ਵੀ ਹਮਾਸ ਕਪੜਾ ਲਾਜ਼ਮੀ ਹੋਵੇਗਾ। ਫੇਸਬੁੱਕ ਲਾਈਵ ਸੈਸ਼ਨ ਕੈਪਟਨ ਨੂੰ ਸਵਾਲ ਦੌਰਾਨ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਨੇ ਐਲਾਨ ਕੀਤਾ ਕਿ ਕੋਰੋਨਾ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ਲਈ ਸਖਤੀ ਬਹੁਤ ਜ਼ਰੂਰੀ ਹੈ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਪੰਜਾਬੀ ਮੁੰਬਈ ਦਿੱਲੀ ਜਾਂ ਤਾਮਿਲਨਾਡੂ ਦੀ ਰਾਹ ਪਵੇ ਡੇਰਾ ਪ੍ਰੇਮੀ ਨੇ ਕਥਿਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਦੋਸ਼ ਲਾਉਂਦਿਆਂ ਕਿਹਾ ਕਿ ਸੂਬਾ ਸਰਕਾਰ ਉਹਨਾਂ ਨੂੰ ਰਾਮ ਰਹੀਮ ਅਤੇ ਡੇਰਾ ਪਰੋਕਾਰਾਂ ਨੂੰ ਬੇਅਦਬੀ ਮਾਮਲੇ ਵਿੱਚ ਫਸਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ 2017 ਵਿੱਚ ਡੇਰਾ ਪਰੋਕਾਰਾਂ ਨੇ ਅਕਾਲੀ ਭਾਜਪਾ ਗਠਜੋੜ ਨੂੰ ਵੋਟ ਦਿੱਤੀ ਸੀ ਸ਼ਰੋਮਣੀ ਕਮੇਟੀ ਦੇ ਪਬਲਿਕੇਸ਼ਨ ਵਿਭਾਗ ਵਿੱਚੋਂ ਲਾਪਤਾ ਹੋਏ 267 52 ਸਰੂਪਾ ਦੀ ਜਾਂਚ ਹੋਣ ਅਕਾਲ ਤੱਕ ਦੇ ਜਥੇਦਾਰ ਵੱਲੋਂ ਕਰਵਾਈ ਜਾਵੇਗੀ ਸ਼ਰੋਮਣੀ ਕਮੇਟੀ ਨੇ ਅੱਜ ਇਸ ਸੰਬੰਧ ਪੱਤਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਭੇਜਿਆ ਹੈ ਇਹ ਖੁਲਾਸਾ ਸ਼ਰੋਮਣੀ ਕਮੇਟੀ ਦੇ ਪ੍ਰਧਾਨ ਗੋਵਿੰਦ ਸਿੰਘ ਲੋਂਗਵਾਲ ਨੇ ਕੀਤਾ ਬੇਅਦਮੀ ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਨਾਮਜ਼ਦ ਕੀਤੇ ਜਾਣ ਮਗਰੋਂ ਹੁਣ ਸਤੰਬਰ 2015 ਵਿੱਚ ਡੇਰਾ ਸਿਰਸਾ ਮੁਖੀ ਨੂੰ ਬਿਨਾਂ ਮੰਗੇ ਦਿੱਤੀ ਮਾਫੀ ਦਾ ਮਾਮਲਾ ਪੱਖਣ ਲੱਗਿਆ ਹੈ ਇਸ ਮਾਮਲੇ ਵਿੱਚ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ਼ਤਿਹਾਰਤ ਖਰਚ ਕੀਤੇ ਗਏ ਲਗਭਗ 90 ਲੱਖ ਰੁਪਏ ਕਾਰਨ ਸਿੱਖ ਸੰਸਥਾਵਾਂ ਸਵਾਲਾਂ ਦੇ ਇੱਕੇਰੇ ਵਿੱਚ ਆ ਗਈ ਹੈ ਅੰਮ੍ਰਿਤਸਰ ਦੀ ਟੂਲੀ ਲੈਬ ਦੇ ਕਰੋਨਾ ਟੈਸਟਿੰਗ ਦਾ ਸਕੈਮ ਨੂੰ ਲੈ ਕੇ ਪੰਜਾਬ ਸਰਕਾਰ ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕਰ ਦਿੱਤਾ ਹੈ 3 ਮੈਂਬਰੀ ਇਸ ਐਸਆਈਟੀ ਨੂੰ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਲੀਡ ਕਰਨਗੇ ਐਤਵਾਰ ਨੂੰ ਸੋਸ਼ਲ ਮੀਡੀਆ ਤੇ ਰੂਬਰੂ ਹੋਏ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਨੇ ਇਸ ਦੀ ਜਾਣਕਾਰੀ ਦਿੱਤੀ देर शाम स्कूटर 'ਤੇ ਸਵਾਰ ਹੋ ਕੇ ਦੋ ਸਿੱਖ ਨੌਜਵਾਨਾਂ ਦੀ ਸ਼ਰੀਆਮ ਪੁਲਿਸ ਦੇ ਇੱਕ ਐਸਆਈ ਵੱਲੋਂ ਪਗੜੀ ਉਤਾਰੇ ਜਾਣ ਦੇ ਮਾਮਲੇ ਨੇ ਕਾਫੀ ਤੂੜਫੜ ਲਿਆ। ਜਿਸ ਕਰਕੇ ਸਥਿਤੀ ਬੇਹੱਤ ਨਾਪੂਨ ਬਣ ਗਈ ਹੈ। ਜਾਣਕਾਰੀ ਅਨੁਸਾਰ ਸਿੱਖ ਨੌਜਵਾਨ ਸੁਖਵਿੰਦਰ ਸਿੰਘ ਅਤੇ ਦਮਨਪ੍ਰੀਤ ਸਿੰਘ ਸਕੂਟਰੀ 'ਤੇ ਸਵਾਰ ਹੋ ਕੇ ਸਿੰਬਲ ਚੌਕ ਵਿੱਚ ਪੈਂਦੀ ਇੱਕ ਪੇਂਟ ਦੀ ਦੁਕਾਨ ਤੋਂ ਸਮਾਨ ਲੈ ਕੇ ਆਪਣੀ ਉਮਰਪੁਰਾ ਰੋੜ ਵਿਖੇ ਪੈਂਦੀ ਦੁਕਾਨ ਤੇ ਲੈ ਜਾ ਰਹੇ ਸਨ। हरियाणा पुलिस ने 6 फॉर जस्टिस दे स्वयमुखी गुरपतवंत सिंह पन्नू विरुद्ध गैरकानूनी गतिविधि एक्ट 1967 ਦੇ ਆਧਾਰਨ ਮਾਮਲੇ ਦਰਜ ਕਰਨ ਦੇ 10 ਦਿਨ ਬਾਅਦ ਦੋਸ਼ੀ ਵਿਰੁੱਧ ਕੁਰਖੇਤਰ ਵਿੱਚ ਦੇਸ਼द्रोह ਅਤੇ ਵਖਵਾਦ ਦੇ ਦੋਸ਼ ਵਿੱਚ ਇੱਕ ਹੋਰ ਐਫ ਆਈ ਆਰ ਦਰਜ ਕੀਤੀ ਹੈ ਇਸ ਦੇ ਆਧਾਰਨ ਹਰਿਆਣਾ ਪੁਲਿਸ ਨੇ ਪੰਨੂ ਦੀਆਂ ਸਾਰੀਆਂ ਵੈੱਬਸਾਈਟਾਂ ਨੂੰ ਜਿਨ੍ਹਾਂ ਨੂੰ ਇੱਕ ਹਫਤੇ ਵਿੱਚ ਲਾਂਚ ਕੀਤਾ ਉਹਨਾਂ ਨੂੰ ਬੰਦ ਕਰਵਾ ਦਿੱਤਾ ਬੀਤੀ ਰਾਤ ਆਏ ਤੂਫਾਨ ਤੇ ਤੇਜ਼ ਮੀਂਹ ਅੰਮ੍ਰਿਤਸਰ ਦੇ ਇੱਕ ਪਰਿਵਾਰ ਤੇ ਕਹਿਰ ਬਣ ਕੇ ਵਰਿਆ ਜਿਸ ਵਿੱਚ ਨਵ ਵਿਆਹੇ ਜੋੜੇ ਦੀ ਮੌਤ ਹੋ ਗਈ ਘਟਨਾ ਟਪਈ ਇਲਾਕੇ ਦੀ ਹੈ ਜਿੱਥੇ ਬੀਤੀ ਰਾਤ ਆਏ ਤੇ ਤੂਫਾਨ ਤੇ ਮੀਂਹ ਕਾਰਨ ਮਕਾਨ ਦੀ ਛੱਤ ਡਿੱਗ ਗਈ ਜਿਸ ਕਾਰਨ ਨਵ ਵਿਆਹੇ ਜੋੜੇ ਦੀ ਮੌਤ ਹੋ ਗਈ ਲੁਧਿਆਣਾ ਨੂੰ ਹਰਗੋਬਿੰਦ ਨਗਰ ਇਲਾਕੇ ਵਿੱਚ ਸੜਕ ਤੇ ਜਨਮ ਦਿਨ ਮਨਾ ਰਹੇ ਨੌਜਵਾਨਾਂ ਦੀ ਟੋਲੀ ਤੇ ਥਾਣਾ ਡਿਵੀਜ਼ਨ ਨੰਬਰ 3 ਦੀ ਪੁਲਿਸ ਨੇ ਛਾਪਾ ਮਾਰਿਆ ਜਾਂਚ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਆਕਾਸ਼ ਸੋਨੀ ਨਾਮਕ ਨੌਜਵਾਨ ਦਾ ਜਨਮ ਦਿਨ ਸੀ 25 ਨੌਜਵਾਨ ਆਕਾਸ਼ ਦਾ ਸੜਕ ਤੇ ਜਨਮ ਦਿਨ ਮਨਾ ਰਹੇ ਸਨ ਪੁਲਿਸ ਨੂੰ ਸੂਚਨਾ ਮਿਲੀ ਜਿਸ ਦੇ ਬਾਅਦ ਪੁਲਿਸ ਨੇ ਉੱਥੇ ਛਾਪਾ ਮਾਰਿਆ ਜਲੰਧਰ ਸਾਨਕ ਮਾਈ ਹੀਰਾ ਗੇਟ ਨੇੜੇ ਪੈਂਦੇ ਮੁਹੱਲਾ ਫਤਿਹਪੁਰੀ ਵਿੱਚ ਹਥਿਆਰਬੰਦ ਨੌਜਵਾਨ ਨੇ ਤੱਕੇ ਸ਼ਾਇਦ ਨੰਗਾ ਨਾਚ ਕਰਦੇ ਆ ਕਰਿਆਨੇ ਦੀ ਦੁਕਾਨ ਚਲਾਉਣ ਵਾਲੇ ਪਿਓ ਪੁੱਤਰ ਤੇ ਕਾਤਲਾਨਾ ਹਮਲਾ ਕਰਕੇ ਉਹਨਾਂ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਨੰਬਰ 3 ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕੀਤੀ ਰਾਜਸਥਾਨ ਵਿੱਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਰਕਾਰ ਦੇ ਸਪਸ਼ਟ ਬਹੁਮਤ ਹੋਣ ਦੇ ਦਾਅਵੇ ਦਰਮਿਆਨ ਕਾਂਗਰਸ ਦੇ ਅਸੰਤੁਸ਼ਟ ਨੇਤਾ ਸਚਿਨ ਪਾਇਲਟ ਨਾਲ ਸੁਲਾਹ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ ਮੁੱਖ ਮੰਤਰੀ ਨਿਵਾਸ ਤੇ ਅੱਜ ਵਿਧਾਇਕ ਦਲ ਦੀ ਬੈਠਕ ਤੋਂ ਪਹਿਲਾਂ ਗਹਿਲੋਤ ਨੇ ਜਿੱਤ ਦਾ ਚਿੰਨ ਦਿਖਾਉਂਦੇ ਹੋਏ 109 ਵਿਧਾਇਕਾਂ ਦੇ ਸਮਰਥਨ ਦਾ ਦਾਅਵਾ ਕੀਤਾ ਰਾਜਸਥਾਨ ਚ ਅਸ਼ੋਕ ਗਹਿਲੋਤ ਸਰਕਾਰ ਤੇ ਮੰਡਰਾ ਰਿਹਾ ਸੰਕਟ ਹੁਣ ਹਟਦਾ ਨਜ਼ਰ ਆ ਰਿਹਾ ਹੈ ਕਾਂਗਰਸ ਦੀ ਵਿਧਾਇਕ ਦਲ ਦੀ ਇਹ ਬੈਠਕ ਤੋਂ ਪਹਿਲਾਂ মিডিਆ ਦੇ ਕੈਮਰੇ ਦੇ ਸਾਹਮਣੇ ਮੁੱਖ ਮੰਤਰੀ ਅਸ਼ੋਕ ਗੱਲੋਤ ਨੇ ਸ਼ਕਤੀ ਪ੍ਰਦਰਸ਼ਨ ਕੀਤਾ। ਉਹਨਾਂ ਨੇ ਦਾਅਵਾ ਕੀਤਾ ਕਿ 102 ਵਿਧਾਇਕ ਬੈਠਕ ਵਿੱਚ ਮੌਜੂਦ ਹਨ। ਅਸ਼ੋਕ মিডিਆ ਦੇ ਕੈਮਰੇ ਸਾਹਮਣੇ ਵਿਕਟਰੀ ਸਾਈਨ ਬਣਾ ਕੇ ਦਿਖਾਉਂਦੇ ਹੋਏ ਨਜ਼ਰ ਆਏ। ਚੀਨ ਨਾਲ ਸਰਹੱਦੀ ਵਿਵਾਦਾਂ ਨੂੰ ਦੇਖਦੇ ਹੋਏ ਰੇਲਵੇ ਨੇ ਲੇ ਲਦਾਖ ਤੱਕ ਟਰੈਕ ਵਿਛਾਉਣ ਦੀ ਯੋਜਨਾ ਨੂੰ ਗਤੀ ਦੇ ਦਿੱਤੀ ਹੈ। ਰਾਜਨੀਤਿਕ ਦ੍ਰਿਸ਼ਟੀ ਨਾਲ ਮਹੱਤਵਪੂਰਨ ਬिलासपुर ਮਨਾਲੀ ਲੇ ਪ੍ਰੋਜੈਕਟ ਦੇ ਪਹਿਲੇ ਪੂ ਸਰਵੇਖਣ ਦਾ ਕੰਮ ਪੂਰਾ ਕਰਨ ਤੋਂ ਬਾਅਦ 1500 ਕਿਲੋਮੀਟਰ ਰੇਲ ਸੈਕਸ਼ਨ ਦੀ ਲੈਵਲਿੰਗ ਦਾ ਕੰਮ ਵੀ ਪੂਰਾ ਹੋ ਗਿਆ ਹੈ। ਮਜ਼ਰਮ ਵਿੱਚ ਤਾਲਾਬੰਦੀ ਦੇ ਨਿਯਮਾਂ ਦੀ ਉਲੰਘਣਾ ਕਰਨਾ ਲੋਕਾਂ ਨੂੰ ਕਾਫੀ ਮਹਿੰਗਾ ਪੈ ਗਿਆ। ਇੱਥੇ ਤਾਲਾਬੰਦੀ ਦੀ ਉਲੰਘਣਾ ਕਰਨ ਦੇ ਮਾਮਲੇ ਵਿੱਚ 4 ਮਈ ਤੋਂ ਹੁਣ ਤੱਕ 18000 ਤੋਂ ਵਧੇਰੇ ਲੋਕਾਂ ਤੇ ਜ਼ੁਰਮਾਨਾ ਲਾਇਆ ਗਿਆ ਹੈ ਪੁਲਿਸ ਵੱਲੋਂ ਜਾਰੀ ਬਿਆਨ ਵਿੱਚ ਦੱਸਿਆ ਗਿਆ ਹੈ ਕਿ ਕੋਵਿਡ-19 ਰੋਕਥਾਮ ਆਰਡੀਨੈਂਸ 220 ਦੀ ਉਲੰਘਣਾ ਮਾਮਲੇ ਵਿੱਚ ਕੁੱਲ 18247 ਲੋਕਾਂ ਤੋਂ ਜ਼ੁਰਮਾਨਾ ਵਸੂਲਿਆ ਗਿਆ ਦਿੱਲੀ ਸਰਕਾਰ ਕਰੋਨਾ ਵਾਇਰਸ ਅਪੀੜਤਾ ਦੇ ਪਲਾਜ਼ਮਾ ਥੈਰੇਪੀ ਇਲਾਜ ਲਈ ਦੂਜੀ ਬੈਂਕ ਲੋਕ ਨਾਇਕ ਜੈ ਪ੍ਰਕਾਸ਼ ਨਾਰਾਇਣ ਹਸਪਤਾਲ ਵਿੱਚ ਸਥਾਪਿਤ ਕਰੇਗੀ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਨੇ ਸੋਮਵਾਰ ਨੂੰ ਐਲ ਐਨ ਜੀ ਪੀ ਵਿੱਚ ਪਲਾਜ਼ਮਾ ਬੈਂਕ ਸਥਾਪਿਤ ਕਰਨ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਸੈਂਟਰਲ ਬੋਰਡ ਆਫ ਸਕੈਂਡਰੀ ਐਜੂਕੇਸ਼ਨ ਬੋਰਡ ਦੇ 12ਵੀਂ ਦੇ ਵਿਦਿਆਰਥੀਆਂ ਦੀ ਉਡੀਕ ਖਤਮ ਕਰ ਦਿੰਦੀ ਹੈ CBSE ਨੇ 12ਵੇਂ ਨਤੀਜੇ ਐਲਾਨ ਕਰ ਦਿੱਤੇ ਹਨ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ ਤੇ ਜਾ ਕੇ ਆਪਣਾ ਨਤੀਜਾ ਵੇਖ ਸਕਦੇ ਹਨ Rajasthan ਵਿੱਚ coronavirus infection ਨਾਲ 4 ਹੋਰ ਲੋਕਾਂ ਦੀ ਜਾਨ ਜਾਣ ਤੋਂ ਬਾਅਦ ਸੂਬੇ ਵਿੱਚ ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਸੋਮਵਾਰ ਨੂੰ 5514 ਹੋ ਗਈ ਹੈ ਇਸ ਦੇ ਨਾਲ ਹੀ ਸੂਬੇ ਵਿੱਚ ਕੋਵਿਡ-19 ਦੇ 9590 ਮਾਮਲੇ ਸਾਹਮਣੇ ਆਉਣ ਨਾਲ ਸੂਬੇ ਵਿੱਚ ਇਨਫੈਕਸ਼ਨ ਦੇ ਮਾਮਲੇ ਵੱਧ ਕੇ 24487 ਹੋ ਗਏ ਹਨ ਜਿਨ੍ਹਾਂ ਚੋਂ 5735 ਲੋਕਾਂ ਦਾ ਇਲਾਜ ਜਾਰੀ ਹੈ। ਪਾਕਿਸਤਾਨ ਵਿੱਚ ਪਿਛਲੇ 24 ਘੰਟਿਆਂ ਦੌਰਾਨ ਕਰੋਨਾ ਵਾਇਰਸ ਦੇ ਨਵੇਂ 2769 ਮਾਮਲੇ ਆਉਣ ਨਾਲ ਦੇਸ਼ ਵਿੱਚ ਕੁੱਲ ਪੀੜਤਾ ਦੀ ਗਿਣਤੀ 22 ਲੱਖ ਤੋਂ ਪਾਰ ਹੋ ਗਈ ਹੈ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਮੁਤਾਬਕ ਇਸ ਦੌਰਾਨ 69 ਹੋਰ ਮਰੀਜ਼ਾਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਜਿਸ ਦੇ ਬਾਅਦ ਕੁੱਲ ਮ੍ਰਿਤਕਾਂ ਦੀ ਗਿਣਤੀ 5226 ਹੋ ਗਈ ਹੈ ਮੈਕਸੀਕੋ ਦੇ ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮੈਕਸੀਕੋ ਇਟਲੀ ਨੂੰ ਪਛਾੜ ਕੇ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਕੋਵਿਡ-19 ਮੌਤਾਂ ਵਾਲਾ ਦੇਸ਼ ਬਣ ਗਿਆ ਹੈ ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਬੁਰੀ ਤਰ੍ਹਾਂ ਚੰਜੋੜ ਦਿੱਤਾ ਹੈ ਮੈਕਸੀਕੋ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਕੈਨੇਡਾ ਵਿੱਚ ਕਰੋਨਾ ਵਾਇਰਸ ਦੇ ਹੁਣ ਤੱਕ 1 ਲੱਖ ਤੋਂ ਵੱਧ ਮਾਮਲੇ ਦਰਜ ਹੋ ਚੁੱਕੇ ਹਨ ਅਤੇ 8783 ਲੋਕਾਂ ਦੀ ਮੌਤ ਹੋ ਚੁੱਕੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਕਰੋਨਾ ਪੀੜਤਾ ਦੀ ਕੁੱਲ ਗਿਣਤੀ 1,07590 ਦਰਜ ਕੀਤੀ ਗਈ ਹੈ ਸੋ ਇਸ ਹਨ ਟਾਪ 20 ਨਿਊਜ਼ ਕਾਨਫਰੈਂਸ ਨਾਲ ਫੇਰ ਮਿਲਾਂਗੇ ਇਸ ਸਮੇਂ ਇਸ ਚੈਨਲ ਤੇ ਤਾਕਲੀ ਮੈਨੂ ਜਨੀਰ ਨੂੰ ਦਿਓ ਇਜਾਜ਼ਤ ਧੰਨਵਾਦ